बिस्मिल्लाहिर्रहमानिर्रहीम अस्सलामुअलैकुम वेलकम जी आई लोग वेलकम कर दें जी थोड़ा अपने चैनल अलीज़ा सहर ब्लॉग भी उम्मीद कर दें जी सब ठीक ठाक होंगे अल्लाह पाक सब सबनों असीह तो तंदुरुस्त अता फरमाए बीमारियों तो महफूज रखी आमीन सुम आमीन। हाँ जी जी आज मैं पॉलर चाहिए हुई हाँ शहजाद रॉयल ब्यूटी सैलून चाहिए हुई हाँ तो इतने जी कुछ अपनी स्किन की थोड़ी जी केयर वगैरह करेंगी मतलब कुछ आज स्पेशल होएगा ब्लॉग मेरे तक वाच करियो और जी शहजाद रॉयल सैलून का जो ना यूट्यूब चैनल भी है वह सब लिंक डिस्क्रिप्शन भेज दूंगा तो जरा ये पार्लर है अजीम गार्डन मौजूद आ तुम इतने विजिट कर सकते हो बहुत अच्छा इतने काम किया जाता तो अब थोड़े ना शेयर भी करा तो चलो जी आओ हम भी बोल नहीं सकते क्योंकि मैडम थोड़ी स्ट्रिक्ट जी हमने स्किन पॉलिश अप्लाई की थी फेस पे भी हैंड्स पे भी। मैं अभी आपके सामने ये रिमूव करूंगी और आपको लाइव रिजल्ट दिखाऊंगी। Thank you.
ਮਹਿੰਦੀ ਲਗਾਉਂਦੇ ਵੀ ਤੁਹਾਨੂੰ ਕਰਨੇ ਆ ਫੇਸ਼ੀਅਲ ਕਰਵਾ ਲਿਆ ਬਹੁਤ ਅੱਛਾ ਲੱਗ ਰਿਹਾ ਠੰਡਾ ਕਿੱਦਾਂ ਜੀ ਹਾਂਜੀ ਜੀ ਮਹਿੰਦੀ ਲੱਗ ਰਹੀ ਹੈ ਜੀ ਡਿਜ਼ਾਇਨ ਦੇਖ ਲਓ ਬਹੁਤ ਜ਼ਬਰਦਸਤ ਆ ਮਾਸ਼ਾਅੱਲਾ ਨਜ਼ਰ ਨਾ ਲਗਾ ਰਹੀ ਹੋ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਿਉਂਕਿ ਮੈਂ ਕਦੇ ਵੀ ਨਾ ਮਤਲਬ ਪਾਰਲਰ ਜਾ ਕੇ ਨਾ ਕਦੇ ਫੇਸ਼ੀਅਲ ਕਰਵਾਇਆ ਮਤਲਬ ਕਦੀ ਤਿਆਰ ਵੀ ਨਹੀਂ ਹੋਈ ਅਤੇ ਫਸਟ ਟਾਈਮ ਮੈਂ ਬਹੁਤ ਅੱਛਾ ਲੱਗ ਰਿਹਾ ਮੈਡਮ ਸਾਹਿਬ ਉਹ ਬਹੁਤ ਅੱਛੇ ਆ ਹੈ ਵਿਜਿਟ ਕਰੀਓ ਨਾ ਫਿਰ ਤੁਹਾਨੂੰ ਹੋਰ ਵੀ ਜ਼ਿਆਦਾ ਅੱਛਾ ਲੱਗੇਗਾ ਇਨਸ਼ਾ ਅੱਲਾਹ ਬਹੁਤ ਜ਼ਬਰਦਸਤ ਲੱਗੀ ਆ ਕੈਮਰੇ 'ਚ ਸੋਹਣੀ ਲੱਗ ਰਹੀ ਆ ਅਗਰ ਰੀਅਲਸ ਦੇਖੋਗੇ ਨਾ ਔਰ ਸੋਹਣੀ ਲੱਗ ਰਹੀ ਆ ਅਤੇ ਹੁਣ ਜੀ ਦੂਜੇ ਹੱਥ 'ਤੇ ਮਹਿੰਦੀ ਲੱਗਣ ਲੱਗੀ ਆ ਸਿਸਟਰ ਦੂਸਰੇ ਹੱਥ 'ਤੇ ਮਹਿੰਦੀ ਲਗਾ ਰਹੇ ਆ ਅਤੇ ਲੁੱਕ ਦੂਸਰੇ ਹੱਥ ਦਾ ਵੀ ਦਿਖਾਵਾਂਗੇ ਤੁਹਾਡੇ ਕਲਿਪਸ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਹੁਤ ਬਹੁਤ ਅੱਛਾ ਲੱਗ ਰਿਹਾ ਜੀ ਆ ਕੇ ਸਾਰਾ ਕੁਛ ਕੰਪਲੀਟ ਹੋ ਗਿਆ ਅਤੇ ਮਹਿੰਦੀ ਬਹੁਤ ਜ਼ਬਰਦਸਤ ਲੱਗੀ ਬਹੁਤ ਜ਼ਿਆਦਾ ਪਸੰਦ ਆਈ ਮੈਨੂੰ ਦੇਖਾ ਉਹ ਜੀ ਬਹੁਤ ਜ਼ਬਰਦਸਤ ਲੱਗ ਰਹੀ ਮਾਸ਼ਾਅੱਲਾ ਹਾਂਜੀ ਜੀ ਕਿੱਦਾਂ ਦਾ ਲੱਗਿਆ ਅੱਜ ਦਾ ਵਲੋਗ ਲਾਈਕ ਕਮੈਂਟ ਕਰਕੇ ਲਾਜ਼ਮੀ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਜਲਦੀ ਸਬਸਕ੍ਰਾਈਬ ਕਰ ਲਈਓ ਜਿੱਦਾਂ ਕਿ ਤੁਹਾਨੂੰ ਦੱਸਿਆ ਸੀਗਾ ਸ਼ਹਿਜ਼ਾਦ ਰੋਇਲ ਸੈਲੋਨ ਯੂਟਿਊਬ ਚੈਨਲ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਜਾ ਕੇ ਜਲਦੀ ਜਲਦੀ ਸਬਸਕ੍ਰਾਈਬ ਕਰੋ ਬਹੁਤ ਅੱਛੇ ਅੱਛੇ ਵਲੋਗਸ ਆ ਨੈਕਸਟ ਵੀਡੀਓਜ਼ ਵੀ ਬਹੁਤ ਅੱਛੀਆਂ ਮਿਲਣਗੀਆਂ ਅਜ਼ੀਮ ਗਾਰਡਨ ਹਾਸਮਪੁਰ ਦੇ ਵਿੱਚ ਜੀ ਸ਼ਹਿਜ਼ਾਦ ਰੋਇਲ ਸੈਲੋਨ ਮੌਜੂਦ ਆ ਬ੍ਰਾਈਡਲਸ ਗਰੂਮ ਵਗੈਰਾ ਮਤਲਬ ਬਹੁਤ ਅੱਛਾ ਕੰਮ ਆ ਅਤੇ ਵਿਜ਼ਿਟ ਕਰੀਓ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸਾਰਾ ਖਿਆਲ ਰੱਖਿਓ ਅੱਲਾ ਹਾਫਿਜ਼